ਵਾਲੇ। ਇੱਕ ਦਿਨ ਭਾਈ ਗੁਰਦਾਸ ਜੀ ਨੂੰ ਸਾਧ ਸੰਗਤ ਜੀ ਇੱਕ ਸਿੱਖ ਨੇ ਬੇਨਤੀ ਕਰ ਦਿੱਤੀ ਕਿ ਭਾਈ ਗੁਰਦਾਸ ਜੀ, ਤੁਸੀਂ ਗੁਰੂ ਘਰ ਦੇ ਵੇਦ ਵਿਆਸ ਹੋ, ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਜਿਹੜਾ ਮਨਮੁੱਖ ਆ ਉਹਦੇ ਮਨ ਦੇ ਵਿੱਚ ਤੇ ਨਫ਼ਰਤ ਜਿਹੜੀ ਆ ਜਾਂਦੀ ਹੈ, ਹਉਮੈ ਆ ਜਾਂਦੀ, ਪਰ ਕਈ ਵਾਰੀ ਮੈਂ ਵੇਖਦਾ ਭਜਨ ਬੰਦਗੀ ਕਰਨ ਵਾਲੇ ਜਿਹੜੇ ਉਹ ਵੀ ਹੰਕਾਰ ਵਿੱਚ ਬੋਲ ਜਾਂਦੇ, ਹਉਮੈ ਵਿੱਚ ਬੋਲ ਜਾਂਦੇ, ਨਫ਼ਰਤ ਕਰ ਜਾਂਦੇ ਕਈ ਵਾਰੀ। ਫਿਰ ਇਹਨਾਂ ਗੁਰਮੁਖਾਂ ਅਤੇ ਮਨਮੁੱਖਾਂ 'ਚ ਫਰਕ ਕੀ ਹੋਇਆ? ਅਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਜਿਹੜੀ ਮਨਮੁੱਖ ਵਿੱਚ ਹਉਮੈ ਆਉਂਦੀ ਹੈ ਉਹ ਸਦਾ ਰਹਿੰਦੀ, ਉਹ ਸਦਾ ਟਿਕੀ ਰਹਿੰਦੀ, ਪਰ ਜਿਹੜੀ ਗੁਰਮੁਖ ਦੇ ਮਨ ਵਿੱਚ ਆਉਂਦੀ ਹੈ ਨਾ ਹਉਮੈ ਜ਼ਰੂਰ ਆਉਂਦੀ ਪਰ ਉਹ ਟਿਕਦੀ ਨਹੀਂ। ਕਿਉਂ ਨਹੀਂ ਟਿਕਦੀ? ਉਹਦੇ ਅੰਦਰ ਨਾਮ ਟਿਕਿਆ ਹੁੰਦਾ, ਜਿੱਥੇ ਨਾਮ ਟਿਕਿਆ ਹੋਵੇ ਉੱਥੇ ਹਉਮੈ ਦਾ ਥਾਂ ਨਹੀਂ ਬਚਦਾ ਕੋਈ। ਸਾਧ ਸੰਗਤ ਜੀ ਜਿੱਥੇ ਨਾਮ ਟਿਕਿਆ ਹੋਇਆ ਹਉਮੈ ਆਏਗੀ, ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗੀ। ਕਈ ਵਾਰੀ ਨਾਮ ਜਪਣ ਵਾਲੇ ਗੁੱਸੇ ਨਾਲ ਬੋਲਦੇ, ਆਪਾਂ ਕਹਿੰਦੇ ਯਾਰ ਉੱਦਾਂ ਨਾਮ ਜਪਦਾ ਫਿਰਦਾ ਅਤੇ ਹੁਣ ਗੁੱਸਾ ਕਰਦਾ, ਕੀ ਫਾਇਦਾ ਇਹਦੇ ਨਾਮ ਜਪੇਦਾ, ਤਾਂ ਗੁੱਸਾ ਬੜਾ ਕਰਦਾ, ਪਰ ਵੇਖਿਓ ਥੋੜ੍ਹੇ ਚਿਰ ਬਾਅਦ ਉਹ ਨਿਮਰਤਾ ਵਿੱਚ ਵੀ ਆ ਜਾਂਦਾ ਅਤੇ ਕਈ ਵਾਰੀ ਉਹ ਮਾਫ਼ੀ ਵੀ ਮੰਗ ਲੈਂਦਾ, ਕਹਿੰਦਾ ਜੀ ਮੇਰੇ ਕੋਲੋਂ ਗਲਤੀ ਹੋ ਗਈ, ਉੱਚੀ ਆਵਾਜ਼ ਵਿੱਚ ਬੋਲਿਆ ਗਿਆ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਡਰ ਗਿਆ ਤਾਂ ਮਾਫ਼ੀ ਮੰਗ ਲਈ, ਅਸਲ ਵਿੱਚ ਉਹਦੇ ਅੰਦਰ ਜਿਹੜਾ ਨਾਮ ਹੈ ਉਹ ਕੰਮ ਕਰਨ ਲੱਗ ਪੈਂਦਾ, ਉਹ ਹਉਮੈ ਨੂੰ ਬਾਹਰ ਕੱਢ ਦਿੰਦਾ, ਜਿਹੜੀ ਹਉਮੈ ਅੰਦਰ ਥਾਂ ਬਣਾਉਣਾ ਚਾਹੁੰਦੀ ਸੀ ਹਿਰਦੇ ਵਿੱਚ, ਪਰ ਉਹ ਥੋੜ੍ਹੇ ਚਿਰ ਲਈ ਆਈ ਬਾਹਰ ਨਿਕਲ ਗਈ, ਪਰ ਮਨਮੁੱਖਾਂ ਦਾ ਹਿਰਦਾ ਭਾਈ ਗੁਰਦਾਸ ਜੀ ਕਹਿੰਦੇ ਇੱਦਾਂ ਦਾ ਆ, ਉਹ ਸਦਾ ਉੱਥੇ ਹਉਮੈ ਟਿਕੀ ਰਹਿੰਦੀ, ਹੰਕਾਰ ਬਣਿਆ ਰਹਿੰਦਾ, ਤਾਂ ਹੀ ਵੇਖਿਓ ਕਿ ਜਿਹੜੇ ਬੱਚੇ ਨੇ ਉਹ ਆਪਸ ਵਿੱਚ ਲੜਦੇ ਨੇ, ਥੋੜ੍ਹੇ ਚਿਰ ਬਾਅਦ ਫਿਰ ਮਿਲ ਜਾਂਦੇ, ਇੱਕ ਦੋ ਦਿਨਾਂ ਬਾਅਦ ਫਿਰ ਮਿਲ ਪੈਂਦੇ। ਅਤੇ ਜਿਹੜਾ ਵੱਡਿਆਂ ਦਾ ਝਗੜਾ ਹੁੰਦਾ ਕੋਈ ਲੜਦਾ, ਜਦੋਂ ਉਹ ਸਾਰੀ ਉਮਰ ਲੰਘ ਜਾਂਦੀ ਮੁਕੱਦਮਿਆਂ ਦੇ ਵਿੱਚ, ਪਰ ਉਹ ਝਗੜਾ ਖਤਮ ਨਹੀਂ ਹੁੰਦਾ। ਇੱਦਾਂ ਹੀ ਗੁਰਮੁਖਾਂ ਦਾ, ਮਨਮੁੱਖਾਂ ਦਾ, ਹਉਮੈ ਦਾ ਆਉਣਾ ਜਿਹੜਾ ਇੱਦਾਂ ਦਾ ਸੰਬੰਧ ਰੱਖਦਾ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਗੁਰੂ ਸਾਹਿਬ ਇੱਕੋ ਜਿਹਾ ਪਿਆਰ ਕਰਦੇ ਆ, ਭਾਵੇਂ ਕੋਈ ਵੀ ਹੋਵੇ, ਇੱਕੋ ਜਿਹਾ ਨਿਹੂ ਸਭ ਨੂੰ ਦਿੰਦੇ ਆ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਸਤਿਗੁਰੂ ਸਾਹਿਬ ਦੇ ਨਾਲ ਇੱਕੋ ਜਿਹਾ ਸੁਨੇਹ ਰੱਖਦੇ, ਸਭ ਦਾ ਭਲਾ ਮਨਾਉਂਦੇ।